हेलो जी मेरे लो प्यार भरी सत श्री अकाल। मैं सरबजीत कौर, मेरे चैनल रंगला पंजाब गंगसर विच तुहाडा सारिआं दा बहुत बहुत स्वागत है। उम्मीद करदी हां कि तुसीं सारे ठीक ठाक होवोगे। परमात्मा तंदुरुस्तियां खुशियां सब नूं देवे। ते अज वाली जिहड़ी वीडियो आ इह इक बीतिया होया समां जदों आपां याद करदे हां तां कहिंदे हुंदे कि लोक अंडे खड़े हो जांदे जदों इह इस तर्हां दा टाइम जिहदे उप्पर बीतिया हुंदा। इस तर्हां दी इक कहाणी आ। उम्मीद करती हाँ कि तुहाडे भी ये कहानी दिल नूं लगेगी ते जिन्हां नाल इह बीतिया होया उन्हां नूं थोड़ी जी वो टाइम याद आऊगा। कई वारी उस टाइम नूं याद करके तकलीफ भी पहुँच जाती है ते उस तों पहलां ही माफ़ी चाहुंदी हाँ, क्योंकि कहिंदे हुंदे जिस तरह लगी सोई जाने कौन जाने पीड़ पराई। ते जिहड़ा इस समय विचों गुजर के निकल के गया सिर्फ उही जानदा इन्हां चीज़ां बारे। दूजे नूं तां आम जी लगती है, छोटी जी लगती है। मैं आपदे आप दे विच मन विच सोच रहा सी कि याद आ वो वेला जदों आपां तलवंडी बस अड्डे दे उपर बैठे सी ते मैं जिद कर रहा सीगा। बस बैंड वाली हजे आई नहीं सीगी ते वार वार यही जिद कर रहा सी कि बापू मैं जिहड़ा उह लक्कड़ दा ट्रैक्टर आ मैं उह लै के जाणा पिंड, मैं उह ट्रैक्टर नाल खेडिया करना। पर बापू दी जेब भार नहीं सी चलदी मैनूं ट्रैक्टर लै के देण नूं। जदों मैं ना ही जिद छड्डी तां बापू मैनूं उंगल ला के तुर पिया ते उत्थे इक बैठा मोची जुत्तियां गंढण वाले कोल चला गया ते उहनूं जा के अपने पैरां वाली जुत्ती दिखाई तां मोची बोलदा कि जुत्ती गंढण वाली तां नहीं हैगी, जुत्ती तूं नवीं लै लै बापू, इह जुत्ती आ जिहड़ी बहुत ज़्यादा गंढ दित्ती आ, हुण इहदे कोई थां नहीं रहि गिआ गंढण नूं। ਅਤੇ ਜੇ ਫਿਰ ਵੀ ਨਹੀਂ ਸਰਦਾ ਤਾਂ ਤੈਨੂੰ ਇੱਕ ਦਿਨ ਜੁੱਤੀ ਇੱਥੇ ਛੱਡ ਕੇ ਜਾਣੀ ਪਊਗੀ। ਮੈਂ ਦੇਖੂੰ ਫਿਰ ਸ਼ਾਇਦ ਕੋਈ ਹੱਲ ਹੋ ਗਿਆ ਤਾਂ ਮੈਂ ਕਰੂੰਗਾ। ਅਤੇ ਬਾਪੂ ਕਹਿੰਦਾ ਠੀਕ ਆ ਵੀ ਤੂੰ ਜੁੱਤੀ ਰੱਖ ਲਾ, ਮੈਂ ਨੰਗੇ ਪੈਰੀ ਪਿੰਡ ਜਾ ਵੜੂੰਗਾ। ਅਤੇ ਜਦੋਂ ਮੈਂ ਇਹ ਚੀਜ਼ ਦੇਖੀ ਬਾਪੂ ਦੀ ਕਿ ਬਾਪੂ ਬਿਨਾਂ ਜੁੱਤੀ ਤੋਂ ਅੱਜ ਪਿੰਡ ਜਾਊਗਾ ਬੱਸ 'ਚ ਬੈਠ ਕੇ, ਅਤੇ ਅਸੀਂ ਵਾਪਸ ਫਿਰ ਉਸ ਥੜੇ ਉੱਪਰ ਆ ਕੇ ਬੈਠ ਗਏ ਜਿੱਥੇ ਅਸੀਂ ਪਿੰਡ ਵਾਲੀ ਬੱਸ ਦੀ ਵੇਟ ਕਰ ਰਹੇ ਸੀਗੇ। ਅਤੇ ਮੇਰੇ ਕੋਲ ਦੀ ਕਦੇ ਗਿਰੀਆਂ, ਕਦੇ ਮਟਰਾਂ ਵਾਲਾ, ਕਦੇ ਕੋਈ ਹੋਰ ਪੈਕਿਟ ਵਾਲੇ, ਕੋਈ ਕਾਸੇ ਵਾਲਾ, ਕਦੇ ਟੋਫੀਆਂ ਵਾਲੇ, ਵਾਰ ਵਾਰ ਜਿਹੜੇ ਉਹ ਭਾਈ ਸੀਗੇ ਸਮਾਨ ਵਾਲੇ ਖਾਣ ਵਾਲੇ ਮੇਰੇ ਕੋਲ ਲੰਘ ਰਹੇ ਸੀ। ਬਹੁਤ ਜ਼ਿਆਦਾ ਜੀ ਕਰਦਾ ਸੀ ਪਰ ਮੈਨੂੰ ਬਾਪੂ ਦੀ ਫੜਾ ਨੰਗੇ ਪੈਰ ਵਾਰ ਵਾਰ ਦਿਸ ਰਹੇ ਸੀ ਅਤੇ ਮੈਂ ਸਭ ਕੁਛ ਭੁੱਲ ਗਿਆ। ਅਤੇ ਬਾਪੂ ਨੇ ਕੋਲੇ ਫੜੇ ਹੋਏ ਇੱਕ ਮੈਲੇ ਜਿਹੇ ਝੋਲੇ ਦੇ ਵਿੱਚੋਂ ਮੈਨੂੰ ਇੱਕ ਪਾਣੀ ਵਾਲੀ ਬੋਤਲ ਕੱਢ ਕੇ ਦਿੱਤੀ ਅਤੇ ਕਿਹਾ ਲੈ ਪੁੱਤ ਪਿਆਸ ਲੱਗੀ ਆ ਤਾਂ ਪਿਆਸ ਬੁਝਾ ਲਾ। ਮੈਂ ਬਿਨਾਂ ਕੁਛ ਦੇਖੇ ਜਿੱਡੀ ਬੋਤਲ ਸੀ ਸਾਰੀ ਦੀ ਸਾਰੀ ਪਾਣੀ ਵਾਲੀ ਪੀ ਗਿਆ। ਬਾਪੂ ਮੇਰੇ ਵੱਲ ਇੱਕ ਪਿਆਰ ਦੀਆਂ ਨਜ਼ਰਾਂ ਵੱਲ ਤੱਕਦਾ ਹੀ ਰਹਿ ਗਿਆ। ਮੈਨੂੰ ਲੱਗ ਰਿਹਾ ਸੀ ਕਿ ਬਾਪੂ ਦੀ ਪਿਆਸ ਵੀ ਜਿਹੜੀ ਸੀਗੀ ਉਹ ਮੈਂ ਪੀ ਲਈ, ਬਾਪੂ ਵੀ ਪਿਆਸਾ ਸੀ ਪਰ ਮੈਂ ਬਾਪੂ ਜੋਗਾ ਪਾਣੀ ਨਹੀਂ ਸੀ ਛੱਡਿਆ, ਕਿਉਂਕਿ ਉਹ ਪਾਣੀ ਇਸ ਤਰ੍ਹਾਂ ਪੀਤਾ ਗਿਆ ਕਿ ਬਚਪਨ ਦੇ ਵਿੱਚ ਜਦੋਂ ਗਰੀਬੀ ਦੇਖੀ ਹੋਵੇ ਤਾਂ ਕਹਿੰਦੇ ਹੁੰਦੇ ਕਿ ਉਹ ਅੰਦਰੇ ਅੰਦਰ ਘੁੱਟਣੀ ਬਹੁਤ ਔਖੀ ਹੋ ਜਾਂਦੀ। ਉਹ ਸਮਾਂ ਇਹੋ ਜਿਹਾ ਹੁੰਦਾ, ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਘਰ ਗਰੀਬੀ ਹੈ ਅਤੇ ਸਾਡਾ ਮਾਂ ਬਾਪ ਸਾਨੂੰ ਇਹ ਚੀਜ਼ ਲੈ ਕੇ ਦੇਣ ਜੋਗਾ ਹੈਗਾ ਵੀ ਹੈ ਕਿ ਨਹੀਂ। ਸਾਨੂੰ ਸਿਰਫ ਆਪਦੇ ਸ਼ੌਂਕ ਦਿਸਦੇ ਹੁੰਦੇ ਆ, ਹੋਰ ਕੁਛ ਨਹੀਂ। ਅਤੇ ਪਰ ਮੈਂ ਅੰਦਰੇ ਅੰਦਰ ਬਹੁਤ ਜ਼ਿਆਦਾ ਘੁੱਟ ਚੁੱਕਿਆ ਸੀਗਾ। ਤਾਂ ਦੀ ਬੱਸ ਆ ਗਈ ਤਾਂ ਅਸੀਂ ਪਿੰਡ ਵਾਪਸ ਆ ਗਏ। ਕੁਝ ਕੁ ਦਿਨਾਂ ਬਾਅਦ ਹਾੜੀ ਆ ਗਈ। ਹਾੜੀ ਤੋਂ ਬਾਅਦ ਬਾਪੂ ਨੇ ਇੱਕ ਦਿਨ ਸੋਚਿਆ ਕਿ ਨਾਲੇ ਮੈਂ ਆਪਦੀ ਜੁੱਤੀ ਲੈ ਆਊਂਗਾ ਮੋਚੀ ਤੋਂ ਅਤੇ ਨਾਲੇ ਆੜਤੀਏ ਨਾਲ ਹਿਸਾਬ ਕਰਕੇ ਥੋੜ੍ਹੇ ਬਹੁਤੇ ਪੈਸੇ ਲੈ ਕੇ ਆਊਂਗਾ, ਜੇ ਬਚ ਗਏ ਤਾਂ ਉਹਦੇ ਨਾਲ ਕੁਛ ਘਰ ਦਾ ਸੌਦਾ ਪੱਤਾ ਆ ਜੂਗਾ। ਅਤੇ ਸਾਡੇ ਕੋਲ ਇੱਕ ਸਕੂਟਰ ਹੁੰਦਾ ਸੀਗਾ, ਬਾਪੂ ਸਕੂਟਰ 'ਤੇ ਹੀ ਗਿਆ ਹਿਸਾਬ ਕਿਤਾਬ ਕਰਨ। ਅਤੇ ਬਾਪੂ ਨੂੰ ਆਇਆ ਸੀ ਵੀ ਨਾਲੇ ਕੋਈ ਸੌਦਾ ਲੈ ਕੇ ਆਊਂਗਾ ਚਾਹੇ ਸਕੂਟਰ 'ਤੇ ਹੀ ਰੱਖ ਲਿਆਊਂਗਾ, ਨਹੀਂ ਬੱਸ ਵਾਲੇ ਵੱਖਰਾ ਸਮਾਨ ਦਾ ਸੌਦੇ ਦਾ ਕਿਰਾਇਆ ਮੰਗਣਗੇ। ਚਲੋ ਬਾਪੂ ਘਰੋਂ ਚਲਾ ਗਿਆ ਅਤੇ ਕੁਝ ਕੁ ਚਿਰ ਬਾਅਦ ਤਾਇਆ ਜੀ ਆਏ ਜੀ। ਉਸੀ ਰੌਲਾ ਪਾਉਂਦੇ ਇਹ ਕੁੜੇ ਭਜਨੋਂ ਕਿੱਥੇ ਆ, ਕੁੜੇ ਭਜਨੋਂ ਕਿੱਥੇ ਆ। ਅਤੇ ਉਹਨੇ ਨੂੰ ਬੀਬੀ ਬਾਹਰ ਨਿਕਲੀ, ਕਹਿੰਦੀ ਹੈ ਕਿ ਹਾਂ ਬਾਈ ਜੀ ਮੈਂ ਇੱਥੇ ਹੀ ਹਾਂ, ਕਿਵੇਂ ਸੀ? ਤਾਂ ਤਾਇਆ ਜੀ ਕਹਿ ਰਿਹਾ ਸੀਗਾ ਕਿ ਸ਼ਹਿਰੋਂ ਕਿਸੇ ਦਾ ਸੁਨੇਹਾ ਆਇਆ ਕਿ ਸ਼ਮਸ਼ੇਰ ਸਿੰਘ ਦਾ ਐਕਸੀਡੈਂਟ ਹੋ ਗਿਆ ਅਤੇ ਮੈਂ ਜਾਣਾ ਸ਼ਮਸ਼ੇਰ ਸਿੰਘ ਕੋਲ ਪਹੁੰਚਦਾ, ਜਾ ਕੇ ਵੱਡੇ ਬਾਈ ਦਾ ਐਕਸੀਡੈਂਟ ਹੋ ਗਿਆ
छोटे भाई का एक्सीडेंट हो गया तो मैं उसके कोल पहुंचदा, तेरे को तेरी भैन आती है, तो मैं अंदरों अंदर ही कोस रहा सी कि पता नहीं यहो जहा की वाका हो गया बापू ना, बापू किवें होगा। पर मैं छोटा होने करके मैं जिद भी नहीं सी कर सकता कि मैं नाल जाना, तो बीबी भी थाए ही सुन हो गई खड़ी, सोचदी सोचद गल सोचद भी पता नहीं किन्नी सट लगे होनी है, बीबी थाए डिग ही पई। उदन ताई भी पहुंच गई, ताई ने बड़ी मुश्किल के नाल संभालिया, तलियां पैरों दियाँ थलियां तलियां मलियां। इन्ने नू ताए का बेटा डॉक्टर लेके आ गया, तो डॉक्टर ने कहा कि बीपी ज़्यादा लो हो गया, एक गल का सदमा जहा लैके थोड़ा जहा डाउन हो गया, कोई गल नहीं थोड़े टाइम तक ठीक हो जाएंगे, दवाई वगैरह मैं दे दी है। चलो जदों नू बीबी ठीक हुई तो उदों नू ताया जी भी बापू नू लैके घरे पहुँच गए। घरे पहुँचने तो पहला बापू ताया जी बाहर चो ही ताहा मारी जाते सी, वो लुट्टे गए पट्टे गए, मेरा भाई अज मैं इतों विछड़ गया। ये सारा कुछ मैं इतों भी सुने नहीं सी जा रहा कि मैं बापू की गरीबी भी देखी सी, ते अज जिहड़ा मेरा प्यो सी मैं इतों सदियां वास्ते विछड़ गया सी। चाहे बचपन ही होवे, कहिंदे हुंदे कि टाइम कोई भी होवे, पर माँ के नाल नाल प्यो का विछोड़ा भी एक बहुत वड्डी चीज़ है। इस चीज़ नूं भी सहन करना बहुत औखा हो जाता है, क्योंकि जिहड़ी खुशी प्यो ने पूरी करनी है, चाहे आपां प्यो तों रोब नाल मंग लैनी है, वो कभी चाचे ताए नहीं पूरी करते। चाचे ताए ये तां जरूर सोच लैणगे कि चाचे ताए इस चीज़ नूं तां जरूर सोचणगे कि चल असीं इहतों कम्म कार करावांगे, ते किवें ना किवें इहदा हिस्सा जिहड़ा वो रखांगे किस ना किसे तरीके नाल, चाहे इहनूं व्याह के तलाक दवाईए, चाहे इस मोड़ ते लिया के खड़ा कर दईए कि आपदे परिवार नूं छड के इक सारा कुछ सानूं देण तक तैयार हो जावे। पर चाची ताए कदे भी प्यो वाला प्यार नहीं दिंदे, ते ना ही प्यो वाला प्यार होर किसे तों मिल सकदा। दुनिया लख कह देवे कि चाचे ताए जिहड़े उह प्यो बराबर हुंदे आ, चाहे जिहड़ियां मासियां हुंदियां वो मावां बराबर हुंदियां, वो कदे नहीं हो सकदियां, ते कदे ये सच नहीं हो सकता। ते ये सारा कुछ सोच के मैं भी बहुत उच्ची उच्ची रो रहा सीगा, भूआ दी बुक्कल दे विच बैठा, कदे पुरानियां गल्लां नूं याद करके कदे खुश हाँ। ते उदों नूं एम्बूलेंस लैके आ गई बापू नूं, बापू भी घरे, बापू दी डेड बॉडी भी घरे पहुँच गई। ते एक ताए दी बेटे दी गड्डी दे विच, यानी कि जीप दे विच बापू दा स्कूटर, ते स्कूटर दे मगर जदों ओह ही लक्कड़ दा ट्रैक्टर जिहड़े ट्रैक्टर पिछे मैं रो रहा सीगा, वो ट्रैक्टर जदों मैं देखिया तां मेरियां ताहां निकल गईयां। मैं भूआ दी बुक्कल विचों निकल के उस स्कूटर कोले जा के खड़ा कि मैनूं बापू अज आ स्कूटर दी आ ट्रैक्टर दी लोड़ नहीं सी, तेरी लोड़ सी, क्योंकि बापू मैनूं बिना दसे स्कूटर ट्रैक्टर लैके आ रहा सीगा, क्योंकि बापू के दिल विच भी सी कि मैं उस दिन आपके पुत की वो ख्वाहिश पूरी नहीं कर सकया, क्योंकि मेरी जेब विच कुछ नहीं सीगा। आरती ने हिसाब किया, हिसाब करन तो बाद बापू फिर भी आपकी जुत्ती छड्डिया सी, पर मेरे वास्ते ट्रैक्टर लैके आ रहा सीगा, ते रस्ते विच एक्सीडेंट हो गया। बापू की जेब के विचों जो आरती ने हिसाब किया कुछ चैक सके जो बापू नूं नवाया गया, तो चैक जिहड़े सीगे उह फफड़ जी नूं संभाल दित्ते कि भोग तो बाद घरदिआं नूं दे देने। चलो सारे घर विहार रस्मां रवाज सब कुछ हो गए, बापू साथों सदा लई विछड़ गया, पर यह दुख मेरे मन चो कदे भी नहीं सी निकल रहा कि मैं मेरा जिहड़ा बचपन आ वो मेरे बाप तो बिना रुल जूगा, सच्ची रुल जांदा है। कहिंदे सिर्फ उही जाण सकदा जिहदे उत्ते बीतदी, सच्ची बाप तो बिना कोई नहीं, कोई भी बंदा कोई भी इंसान वो चीज़ पूरी नहीं कर सकता। जे आपां कहीए ना कि प्यो दी घाट माँ पूरी कर दूगी, तो वह भी नहीं कर सकती, ते माँ दी घाट प्यो नहीं पूरी कर सकता, ये एक सच आ, चाहे दुनिया नूं किवें भी अपना लवे। ते परमात्मा अगे मैं अरदास करदी हाँ कि परमात्मा ना तां किसे बच्चे दा प्यो कोई, ते ना ही किसे दी माँ, इन्ना क समां इन्नी क उम्र हर एक माँ बाप नूं दे दी कि वह आपदे बच्चे पाल पलोस के विआह सकन, जदों वह आपदे परिवार दे विच सिमट जाणगे, उन्हां दे बच्चों का आपदा एक परिवार बन जूगा, तो थोड़ा जिहा कितना किते जिहड़ा वह प्यार है ना घट जाता माँ प्यो प्रति, तो वैराग भी घट जाता है।
ਜਦੋਂ ਬਚਪਨ ਦੇ ਵਿੱਚ ਮਾਂ ਬਾਪ ਛੱਡ ਜਾਂਦਾ ਤਾਂ ਉਹ ਵਿਰਾਗ ਕਦੇ ਸੱਚਮੁੱਚ ਹੀ ਉਹ ਵਿਰਾਗ ਹੀ ਰਹਿ ਜਾਂਦਾ ਹੈ। ਅਤੇ ਚਲੋ ਅਸੀਂ ਉਸ ਤੋਂ ਬਾਅਦ ਫੌਰਨ ਚਲੇ ਗਏ, ਕਾਫੀ ਸਾਲਾਂ ਬਾਅਦ ਵਾਪਸ ਪਿੰਡ ਆਏ ਅਤੇ ਬਾਪੂ ਦਾ ਸਕੂਟਰ ਜਿਹੜਾ ਸੀ ਉਹ ਕਿ ਸਾਡੇ ਪੱਕਾ ਹੀ ਪਹਿਲਾਂ ਤੋਂ ਸ਼ਟਰ ਬਣਿਆ ਹੋਇਆ ਸੀਗਾ, ਉੱਥੇ ਖੜਾ ਦਿੱਤਾ। ਉਹਨੂੰ ਕਿਸੇ ਨੇ ਨਹੀਂ ਛੱਡਿਆ, ਕਿਸੇ ਨੇ ਨਹੀਂ ਸੋਚਿਆ ਕਿ ਉਹਨੂੰ ਅਸੀਂ ਠੀਕ ਕਰਾਈਏ। ਅਤੇ ਨਾ ਹੀ ਵੱਡਾ ਹੋਣ ਤੱਕ ਮੈਂ ਉਹ ਟਰੈਕਟਰ ਸੀ ਜਿਹੜਾ ਸਕੂਟਰ ਮਗਰ ਟੰਗਿਆ ਲਾ ਕੇ ਕਦੇ ਖੇਡਿਆ ਸੀ। ਕਾਫੀ ਸਮੇਂ ਬਾਅਦ ਅਸੀਂ ਫੌਰਨ ਗਏ ਸੀ, ਪਰ ਬਹੁਤ ਸਾਲ ਅਸੀਂ ਉੱਥੇ ਹੀ ਰਹੇ। ਅਤੇ ਪਰ ਮੈਂ ਉਹ ਟਰੈਕਟਰ ਲਾ ਕੇ ਮੈਂ ਇੱਕ ਦਿਨ ਨਹੀਂ ਖੇਡਿਆ, ਕਿਉਂਕਿ ਮੇਰਾ ਦਿਲ ਟੁੱਟ ਚੁੱਕਿਆ ਸੀਗਾ ਕਿ ਮੈਨੂੰ ਇਸ ਟਰੈਕਟਰ ਦੀ ਲੋੜ ਨਹੀਂ ਸੀ, ਮੈਨੂੰ ਬਾਪੂ ਤੇਰੀ ਲੋੜ ਸੀ। ਚਲੋ ਅਸੀਂ ਜਦੋਂ ਕੁਝ ਕੁ ਸਾਲਾਂ ਬਾਅਦ ਫੌਰਨ ਤੋਂ ਫਿਰ ਵਾਪਸ ਆਏ ਪੰਜਾਬ, ਅਤੇ ਮੇਰੇ ਨਾਲ ਮਾਂ, ਮੇਰੀ ਧਰਮ ਪਤਨੀ ਅਤੇ ਘਰ ਦਾ ਨਵਾਂ ਜੀ ਜਿਹੜਾ ਕਿ ਮੇਰਾ ਬੇਟਾ ਸੀਗਾ, ਅਸੀਂ ਸਾਰੇ ਆਏ। ਆ ਕੇ 2 ਦਿਨਾਂ ਬਾਅਦ ਮੈਂ ਉਹ ਸ਼ਟਰ ਚੱਕਿਆ, ਦੇਖਿਆ ਤਾਂ ਸਕੂਟਰ ਉਵੇਂ ਦਾ ਉਵੇਂ ਖੜਾ ਸੀਗਾ। ਸਕੂਟਰ ਦੇ ਉੱਪਰ ਲਾਲ ਰੰਗ ਦਾ ਕੱਪੜਾ ਪਾ ਕੇ ਢੱਕਿਆ ਹੋਇਆ ਸੀ ਸਕੂਟਰ, ਅਤੇ ਉਹ ਟਰੈਕਟਰ ਵੀ ਉਵੇਂ ਹੀ ਪਿੱਛੇ ਟੰਗਿਆ ਹੋਇਆ ਸੀ। ਮੇਰਾ ਬੇਟਾ ਜਿੱਦ ਕਰ ਰਿਹਾ ਸੀਗਾ ਕਿ ਮੈਂ ਇਸ ਟਰੈਕਟਰ ਦੇ ਨਾਲ ਖੇਡਣਾ, ਮੈਨੂੰ ਇਹ ਟਰੈਕਟਰ ਲਾ ਕੇ ਦੇ ਦਿਉ, ਪਰ ਮੈਂ ਨਹੀਂ ਚਾਹੁੰਦਾ ਸੀਗਾ ਕਿ ਉਹ ਜਿਸ ਤਰ੍ਹਾਂ ਬਾਪੂ ਟੰਗ ਕੇ ਲੈ ਕੇ ਆਇਆ ਸੀ ਉਹ ਨਿਸ਼ਾਨੀ ਉਸੇ ਤਰ੍ਹਾਂ ਪਈ ਰਹੇ, ਮੈਂ ਵੀ ਉਹਨੂੰ ਛੇੜਾਂ। ਪਰ ਬੇਟੇ ਦੀ ਜਿੱਦ ਦੇ ਮੂਹਰੇ ਮੈਂ ਵੀ ਹਾਰ ਗਿਆ। ਮੈਨੂੰ ਉਹ ਗੱਲ ਯਾਦ ਆ ਰਹੀ ਸੀ ਕਿ ਇੱਕ ਦਿਨ ਮੈਂ ਵੀ ਇਸ ਟਰੈਕਟਰ ਨੂੰ ਤਰਸ ਰਿਹਾ ਸੀ, ਪਰ ਮੇਰੇ ਬਾਪ ਕੋਲੇ ਨਹੀਂ ਸੀ ਕੋਈ ਇਹੋ ਜਿਹੀ ਕਮਾਈ ਜਿਹੜਾ ਕਿ ਮੈਨੂੰ ਇਹ ਟਰੈਕਟਰ ਲੈ ਕੇ ਦੇ ਦਿੱਤਾ। ਜਦੋਂ ਲੈ ਕੇ ਹੀ ਦਿੱਤਾ ਤਾਂ ਬਾਪ ਖੁਦ ਚਲਾ ਗਿਆ, ਮੈਨੂੰ ਇਸ ਟਰੈਕਟਰ ਨਾਲ ਮੋਹ ਵੀ ਨਹੀਂ ਸੀ ਰਿਹਾ। ਅਤੇ ਚਲੋ ਮਾਂ ਜੀ ਦੇ ਕਹਿਣ 'ਤੇ, ਬੀਬੀ ਦੇ ਕਹਿਣ 'ਤੇ ਮੈਂ ਟਰੈਕਟਰ ਆਪਦੇ ਬੱਚੇ ਨੂੰ ਲਾਹ ਕੇ ਦੇ ਦਿੱਤਾ, ਤਾਂ ਮੈਂ ਸਕੂਟਰ ਵੀ ਬਾਹਰ ਕੱਢ ਲਿਆਂਦਾ, ਉਹਨੂੰ ਸਾਫ਼ ਕੀਤਾ। ਤਾਂ ਤਾਇਆ ਜੀ ਦੀ ਬੇਟੇ ਨੂੰ ਕਿਹਾ ਕਿ ਇਹਨੂੰ ਗੱਡੀ ਦੇ ਉੱਪਰ ਸਕੂਟਰ ਨੂੰ ਤਲਵੰਡੀ ਛੱਡਿਆ ਤਾਂ ਜੋ ਮੈਨੂੰ ਠੀਕ ਕਰਾ ਕੇ ਲਿਆਵਾਂ, ਬਾਪੂ ਦੀ ਮੇਰੇ ਦੀ ਆਖਰੀ ਨਿਸ਼ਾਨੀ ਹੈ ਅਤੇ ਮੈਂ ਇਹਨੂੰ ਠੀਕ ਕਰਾਉਣਾ ਚਾਹੁੰਦਾ, ਵੀ ਜਿੰਨਾ ਚਿਕਰ ਮੈਂ ਇੱਥੇ ਰਹੂੰਗਾ ਤਾਂ ਮੈਂ ਇਹਨੂੰ ਚਲਾਇਆ ਕਰੂੰਗਾ। ਚਲੋ ਤਾਏ ਜੀ ਦਾ ਲੜਕਾ ਸਕੂਟਰ ਨੂੰ ਗੱਡੀ ਦੇ ਵਿੱਚ ਰੱਖਿਆ ਅਤੇ ਅਸੀਂ ਤਲਵੰਡੀ ਚਲੇ ਗਏ, ਅਤੇ ਤਾਇਆ ਜੀ ਦਾ ਲੜਕਾ ਮੈਨੂੰ ਉੱਥੇ ਸਕੂਟਰਾਂ ਵਾਲੀ ਦੁਕਾਨ 'ਤੇ ਵਰਕਸ਼ਾਪ 'ਤੇ ਛੱਡ ਕੇ ਘਰ ਵਾਪਸ ਆ ਗਿਆ। ਮੈਂ ਸਕੂਟਰ ਦੀ ਚੰਗੀ ਤਰ੍ਹਾਂ ਮੁਰੰਮਤ ਕਰਾਈ, ਵਧੀਆ ਬਣਾਇਆ, ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਬਣਾ ਲਿਆ ਉਹਨੂੰ। ਅਤੇ ਫਿਰ ਮੈਂ ਉਸੇ ਥੜੇ ਉੱਪਰ ਜਾ ਕੇ ਬੈਠ ਗਿਆ ਬੱਸ ਸਟੈਂਡ ਦੇ ਵਿੱਚ, ਜਿਹੜੇ ਥੜੇ ਦੇ ਉੱਪਰ ਮੈਂ ਬਸ ਆਖਰੀ ਸਮੇਂ ਬਾਪੂ ਦੇ ਜਾਣ ਤੋਂ ਪਹਿਲਾਂ ਕੁਝ ਕੁ ਮਹੀਨੇ ਪਹਿਲਾਂ ਬੈਠਾ ਸੀ। ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ, ਬਾਪੂ ਦੀਆਂ ਰੂਹਾਂ ਨੂੰ ਦੁਬਾਰੇ ਖੇਡਿਆ, ਉਹ ਪਲ ਯਾਦ ਕੀਤੇ ਜਿਹੜੇ ਨਹੀਂ ਸੀ ਸ਼ਾਇਦ ਕਰਨੇ। ਉਸ ਤੋਂ ਬਾਅਦ ਫਿਰ ਮੈਂ ਆਸੇ ਪਾਸੇ ਦੇਖਿਆ ਕਿ ਨਾ ਹੀ ਤਾਂ ਉਹ ਟਰੈਕਟਰਾਂ ਵਾਲੀ ਹੁਣ ਦੁਕਾਨ ਸੀਗੀ, ਅਤੇ ਨਾ ਹੀ ਮੈਨੂੰ ਉਹ ਕਿਤੇ ਮੋਚੀ ਦਿਸਿਆ ਜਿਹਨੂੰ ਆਪਾਂ ਜੁੱਤੀ ਬਾਪੂ ਨੇ ਦਿੱਤੀ ਸੀ ਠੀਕ ਕਰਨੀ, ਕਿਉਂਕਿ ਮੈਨੂੰ ਪਤਾ ਸੀਗਾ ਕਿ ਬਾਪੂ ਜੁੱਤੀ ਲੈ ਕੇ ਤਾਂ ਆਇਆ ਨਹੀਂ, ਅਤੇ ਸਮਾਂ ਵੀ ਬਹੁਤ ਜ਼ਿਆਦਾ ਬੀਤ ਚੁੱਕਿਆ ਸੀਗਾ। ਉਸ ਗੱਲ ਨੂੰ ਘੱਟੋ ਘੱਟ 15 ਵਰੇ ਹੋ ਚੁੱਕੇ ਸੀਗੇ ਜਦੋਂ ਦੀ ਇਹ ਗੱਲ ਸੀ। ਅਤੇ ਫਿਰ ਮੈਂ ਪੁੱਛ ਪੱਛ ਕੇ ਹੌਲੀ ਹੌਲੀ ਆਸੇ ਪਾਸੇ ਘੁੰਮ ਕੇ ਦੇਖਿਆ ਤਾਂ ਮੋਚੀ ਉੱਥੇ ਬੈਠਾ ਹੋਇਆ ਸੀ ਜਿੱਥੇ ਪਹਿਲਾਂ ਸੀਗਾ, ਪਰ ਮੈਂ 15 ਵਾਰਾਂ ਬਾਅਦ ਬੱਸ ਸਟੈਂਡ ਦਾ ਜਿਹੜਾ ਥੋੜ੍ਹਾ ਜਿਹਾ ਨਕਸ਼ਾ ਬਦਲਿਆ ਗਿਆ ਸੀ ਤਾਂ ਮੈਨੂੰ ਨਹੀਂ ਸੀ ਮਿਲ ਰਿਹਾ। ਫਿਰ ਮੈਂ ਉਹਦੇ ਕੋਲ ਗਿਆ ਅਤੇ ਮੈਂ ਜਾ ਕੇ ਆਖਿਆ ਕਿ ਮੇਰੇ ਬਾਪੂ ਦੀ ਜੁੱਤੀ ਆ, ਮੈਂ ਉਹ ਲੈ ਕੇ ਜਾਣੀ ਆ। ਮੋਚੀ ਨੇ ਰੋਅਬ ਨਾਲ ਪੁੱਛਿਆ, ਕਿਹੜੀ ਤੇਰੇ ਬਾਪੂ ਦੀ ਜੁੱਤੀ, ਕਦੋਂ ਫੜਾ ਕੇ ਗਿਆ ਸੀਗਾ, ਮੈਂ ਤਾਂ ਤੈਨੂੰ ਜਾਣਦਾ ਨਹੀਂ, ਮੇਰੇ ਕੋਲ ਤਾਂ ਕਿਸੇ ਦੀ ਜੁੱਤੀ ਨਹੀਂ ਆਈ ਕਿ ਜਿਹੜੀ ਕੱਲ੍ਹ ਨੂੰ ਜਾਂ ਪਰਸੋਂ ਦੀ ਨਹੀਂ ਹੈ। ਤਾਂ ਮੈਂ ਥੋੜ੍ਹੇ ਜਿਹੇ ਪਿਆਰ ਨਾਲ ਆਪਦੇ ਪਰਸ ਕੱਢਿਆ, ਪਰਸ ਦੇ ਵਿੱਚੋਂ ਇੱਕ ਪਾਸਪੋਰਟ ਸਾਈਜ਼ ਬਾਪੂ ਦੀ ਫੋਟੋ ਸੀ ਜਿਹੜੀ ਮੇਰੇ ਕੋਲ, ਮੈਂ ਉਹਦੇ ਸਾਹਮਣੇ ਕਰ ਦਿੱਤੀ। ਤਾਂ ਮੋਚੀ ਉੱਠ ਕੇ ਖੜਾ ਹੋ ਗਿਆ, ਅੱਛਾ ਤੂੰ ਸ਼ਮਸ਼ੇਰ ਸਿੰਘ ਦਾ ਬੇਟਾ ਹੈ, ਅਤੇ ਮੈਨੂੰ ਘੁੱਟ ਕੇ ਗਲੇ ਦੇ ਨਾਲ ਲਾ ਲਿਆ, ਆ ਜਾ ਫਿਰ ਮੈਂ ਤੈਨੂੰ ਵਿਖਾਵਾਂ ਤੇਰੇ ਬਾਪੂ ਦੀ ਜੁੱਤੀ। ਉਸ ਤੋਂ ਬਾਅਦ ਤੇਰਾ ਬਾਪੂ ਜੁੱਤੀ ਲੈਣ ਆਇਆ ਹੀ ਨਹੀਂ। ਮੈਂ ਬੜਾ ਚਿਰ ਡੀਕ ਕੀਤੀ, ਬੜੀ ਸਾਂਭ ਕੇ ਰੱਖੀ ਵੀ ਸ਼ਮਸ਼ੇਰ ਸਿੰਘ ਜੁੱਤੀ ਲੈਣ ਆਊਗਾ। ਤਾਂ ਮੈਂ ਜਦੋਂ ਦੱਸਿਆ ਕਿ ਬਾਪੂ ਤਾਂ ਇੰਨੇ ਸਾਲ ਹੋ ਗਏ ਇਸ ਤਰ੍ਹਾਂ ਕਰਕੇ, ਬਾਪੂ ਦੀ ਉਹ ਜੁੱਤੀ ਦੇਣ ਤੋਂ ਕੁਝ ਸਾਲ
ਕੁਝ ਕੁ ਮਹੀਨਿਆਂ ਬਾਅਦ ਇਸ ਤਰ੍ਹਾਂ ਮੌਤ ਹੋ ਗਈ ਸੀਗੀ। ਉਸ ਤੋਂ ਬਾਅਦ ਅਸੀਂ ਕਨੇਡਾ ਚਲੇ ਗਏ, ਜੁੱਤੀ ਲੈਣ ਕੀ ਨਹੀਂ ਆਉਣਾ ਸੀਗਾ, ਅਤੇ ਮੈਂ ਹੁਣ ਆਇਆ ਅਤੇ ਮੈਨੂੰ ਕਿਵੇਂ ਯਾਦ ਆਇਆ ਕਿ ਬਾਪੂ ਦੀ ਜੁੱਤੀ ਦਿੱਤੀ ਹੋਈ ਸੀ। ਸ਼ਾਇਦ ਬਾਪੂ ਦੀ ਆਖਰੀ ਨਿਸ਼ਾਨੀ ਹੈ ਜਿਹੜੀ ਕਿ ਮਿਲ ਜਾਵੇ। ਉਹ ਵੀ ਬੱਚੇ ਕਿਸਮਤ ਵਾਲੇ ਹੁੰਦੇ ਆ ਜਿਨ੍ਹਾਂ ਦੇ ਮਾਂ ਬਾਪ ਦੀ ਆਖਰੀ ਨਿਸ਼ਾਨੀ ਮਿਲ ਜਾਂਦੀ ਆ। ਕਈ ਵਾਰੀ ਇਹੋ ਜਿਹਾ ਸਮਾਂ ਹੁੰਦਾ ਕਿ ਸਿਰਫ ਯਾਦਾਂ ਪੱਲੇ ਰਹਿ ਜਾਂਦੀਆਂ, ਪਿਓ ਦੀ ਚਾਹੇ ਮਾਂ ਦੀ ਆਖਰੀ ਨਿਸ਼ਾਨੀ ਵੀ ਕੋਲ ਨਹੀਂ ਹੁੰਦੀ। ਇਹੋ ਜਿਹਾ ਸਮਾਂ ਵੀ ਪਰਮਾਤਮਾ ਕਿਸੇ ਤੇ ਨਾ ਲਿਆਵੇ। ਅਤੇ ਮੋਚੀ ਮੈਨੂੰ ਦੁਕਾਨ ਦੇ ਵਿੱਚ ਲੈ ਗਿਆ। ਦੁਕਾਨ ਦਾ ਕਿ ਬਹੁਤ ਸੋਹਣਾ ਸ਼ੋਰੂਮ ਬਣਿਆ ਹੋਇਆ ਸੀਗਾ ਜੁੱਤੀਆਂ ਵਾਲਾ, ਤਾਂ ਉਹਨੇ ਮੈਨੂੰ ਦੁਕਾਨ ਵੱਲ ਦੇ ਦੁਕਾਨ ਦੇ ਵਿੱਚ ਇੱਕ ਸ਼ੀਸ਼ਾ ਬਣਿਆ ਹੋਇਆ, ਸ਼ੋਰੂਮ ਦੇ ਵਿੱਚ ਇੱਕ ਬਾਕਸ ਬਣਾਇਆ ਸੀ ਬਹੁਤ ਜ਼ਿਆਦਾ ਸੋਹਣਾ, ਜਿਹਦੇ ਵਿੱਚ ਮੇਰੇ ਬਾਪੂ ਦੀ ਜੁੱਤੀ ਫਰੇਮ ਦੇ ਵਿੱਚ ਜੜ ਕੇ ਲੱਗੀ ਹੋਈ ਸੀ। ਤਾਂ ਇਸ਼ਾਰਾ ਕੀਤਾ ਕਿ ਜਵਾਨਾ ਆਹ ਜੁੱਤੀ ਸੀ ਤੇਰੇ ਬਾਪੂ ਦੀ। ਮੈਂ 2 ਮਿੰਟ ਸੋਚਾਂ ਵਿੱਚ ਪੈ ਕੇ ਦਿਮਾਗ ਨਿਜਾਤ ਕੀਤਾ, ਮੈਂ ਕਿਹਾ ਹਾਂ ਮੇਰੇ ਬਾਪੂ ਦੀ ਜੁੱਤੀ ਆਹ ਹੀ ਸੀ। ਅਤੇ ਬੱਚੀ ਕਹਿੰਦਾ ਸ਼ਰਾ ਮੈਂ ਬਹੁਤ ਜ਼ਿਆਦਾ ਸੰਭਾਲ ਕੇ ਰੱਖੀ ਆ, ਕਿਉਂਕਿ ਆਪ ਤਾਂ ਨਹੀਂ ਸ਼ਮਸ਼ੇਰ ਸਿਓਂ ਆਇਆ ਅਤੇ ਪਰ ਮੈਨੂੰ ਇਹ ਜੁੱਤੀ ਦੇ ਰਾਹੀਂ ਪਤਾ ਨਹੀਂ ਕੀ ਕੁਛ ਦੇ ਗਿਆ। ਮੈਂ ਉਸ ਮੋਚੀ ਦੀ ਛੋਟੇ ਜਿਹੇ ਇੱਕ ਅੱਡੇ ਤੋਂ ਮੈਂ ਇਹ ਸ਼ੋਰੂਮ ਬਣਾ ਲਿਆ। ਮੈਂ ਉਸ ਦਿਨ ਤੋਂ ਬਾਅਦ ਇੰਨੀ ਕਮਾਈ ਕੀਤੀ ਇਸ ਜੁੱਤੀ ਨੇ, ਮੈਨੂੰ ਇੰਨੀ ਕਮਾਈ ਦਿੱਤੀ ਕਿ ਮੈਂ ਇਸ ਜੁੱਤੀ ਨੂੰ ਇਸ ਕਰਕੇ ਫਰੇਮ ਦੇ ਵਿੱਚ ਜੜ ਕੇ ਦੁਕਾਨ ਦੇ ਵਿੱਚ ਰੱਖਿਆ ਹੋਇਆ। ਮੈਂ ਇਸ ਜੁੱਤੀ ਦੀ ਪੂਜਾ ਕਰਦਾ, ਮੈਂ ਨਹੀਂ ਚਾਹੁੰਦਾ ਕਿ ਮੈਂ ਤੈਨੂੰ ਇਹ ਜੁੱਤੀ ਵਾਪਸ ਦੇਵਾਂ, ਪਰ ਅੱਜ ਤੱਕ ਅਜਿਹਾ ਬੇਟਾ ਮੈਨੂੰ ਦੁਨੀਆ 'ਤੇ ਨਹੀਂ ਮਿਲਿਆ ਹੋਊਗਾ ਕਿ ਜਿਹੜਾ ਆਪਦੇ ਪਿਓ ਦੀ ਜਾਣ ਤੋਂ ਬਾਅਦ ਕੁਝ ਚੀਜ਼ਾਂ ਕਿਸੇ ਤੋਂ ਦੁਬਾਰਾ ਲੈਣ ਆਵੇ, ਉਹ ਵੀ 15 ਵਰ੍ਹਿਆਂ ਬਾਅਦ, ਅਤੇ ਤੂੰ ਪਤੇ ਲਿਜਾ ਸਕਦਾ। ਮੈਂ ਕਿਹਾ ਅੰਕਲ ਜੀ ਜੁੱਤੀ ਤਾਂ ਮੈਂ ਲੈ ਕੇ ਜਾਣੀ ਆ, ਪਰ ਤੁਸੀਂ ਮੈਨੂੰ ਇਹਦੇ ਬਦਲੇ ਜਿੰਨੀ ਵੀ ਵੱਡੀ ਰਕਮ ਕਹੋਗੇ ਮੈਂ ਉਨੀ ਵੱਡੀ ਰਕਮ ਅਦਾ ਕਰਨ ਨੂੰ ਤਿਆਰ ਹਾਂ। ਕਿਉਂ ਨੇ ਮੋਚੀ ਨੇ ਕਿਹਾ ਕਿ ਨਹੀਂ ਪੁੱਤਰ ਜੀ, ਮੈਨੂੰ ਇਸ ਜੁੱਤੀ ਨੇ ਬਹੁਤ ਜ਼ਿਆਦਾ ਵੱਡੀ ਰਕਮ ਦਿੱਤੀ ਹੈ, ਮੈਨੂੰ ਇਸ ਜੁੱਤੀ ਦੀ ਕੋਈ ਕੀਮਤ ਨਹੀਂ ਚਾਹੀਦੀ, ਪਰ ਇਹਨੂੰ ਇੱਕ ਸ਼ਰਤ 'ਤੇ ਮੈਂ ਤੈਨੂੰ ਜੁੱਤੀ ਦਿਊਂਗਾ ਕਿ ਜਿਸ ਤਰ੍ਹਾਂ ਮੈਂ ਇਹਨੂੰ ਫਰੇਮ 'ਚ ਚੜ ਕੇ ਦੁਕਾਨ ਦੇ ਵਿੱਚ ਰੱਖਿਆ, ਮੈਂ ਇਹਦੀ ਪੂਜਾ ਕਰਦਾ, ਇਸੇ ਤਰ੍ਹਾਂ ਤੂੰ ਵੀ ਆਪਦੇ ਘਰ ਦੇ ਵਿੱਚ ਇਹਨੂੰ ਫਰੇਮ ਦੇ ਵਿੱਚ ਜੜ ਕੇ ਇਸੇ ਤਰ੍ਹਾਂ ਰੱਖੇਗਾ। ਮੈਂ ਕਿਹਾ ਠੀਕ ਆ, ਚਲੋ ਮੈਂ ਨਾਲ ਨਾਲ ਮੋਚੀ ਦੀ ਦੁਕਾਨ 'ਤੇ ਜਿੱਥੇ ਮੋਚੀ ਬਾਹਰ ਬੈਠਦਾ ਸੀਗਾ ਅੱਡਾ ਲੈ ਕੇ, ਮੈਂ ਉੱਥੇ ਆ ਗਿਆ ਦੁਕਾਨ ਤੋਂ, ਅਤੇ ਮੈਂ ਹੌਲੀ ਜਿਹੀ ਪਿਆਰ 'ਤੇ ਨਾ ਪੁੱਛਿਆ ਕਿ ਐਡਾ ਵੱਡਾ ਸ਼ੋਰੂਮ ਬਣਾ ਲਿਆ ਪਰ ਇਹ ਵਾਲਾ ਅੱਡਾ ਕਾਹਤੋਂ ਨਹੀਂ ਛੱਡਿਆ। ਮੋਚੀ ਦੀ ਦੱਸਣ ਵਾਲੀ ਗੱਲ ਨੇ ਮੈਨੂੰ ਬਿਲਕੁਲ ਝੰਜੋੜ ਕੇ ਰੱਖ ਦਿੱਤਾ। ਕਾਕਾ ਜਿਵੇਂ ਤੈਨੂੰ ਤੇਰੇ ਬਾਪ ਦੀ ਜੁੱਤੀ ਨਾਲ ਪਿਆਰ ਆ ਨਾ, ਮੈਨੂੰ ਵੀ ਇਸ ਅੱਡੇ ਨਾਲ ਇਸੇ ਤਰ੍ਹਾਂ ਹੀ ਪਿਆਰ ਆ। ਮੇਰੇ ਬਾਪੂ ਨੇ ਅੱਡਾ ਬਣਾਇਆ ਸੀਗਾ ਇਸ ਅੱਡੇ 'ਤੇ, ਪਹਿਲਾਂ ਬਾਪੂ ਨੇ ਕਮਾਈ ਕਰਕੇ ਸਾਡਾ ਢਿੱਡ ਭਰਿਆ, ਸਾਨੂੰ ਪਾਲਿਆ ਪਲੋਸਿਆ, ਉਸ ਤੋਂ ਬਾਅਦ ਇਸ ਅੱਡੇ 'ਤੇ ਇਹ ਅੱਡਾ ਮੈਨੂੰ ਮਿਲ ਗਿਆ ਸੀਗਾ, ਬਾਕੀ ਹੋਰ ਕਾਰੋਬਾਰ ਸੀ ਜਿਹੜੇ ਮੇਰੇ ਦੂਜੇ ਭਰਾਵਾਂ ਨੂੰ ਮਿਲ ਗਏ ਸੀ। ਇਸ ਅੱਡੇ 'ਤੇ ਮੈਂ ਵੀ ਆਪਦਾ ਪਰਿਵਾਰ ਰੋਜ਼ੀ ਰੋਟੀ ਇੱਥੋਂ ਹੀ ਬਣਾ ਕੇ ਪਾਲਿਆ, ਇਹ ਤਾਂ ਕਰਮਾਂ ਵਾਲਾ ਤੇਰਾ ਬਾਪੂ ਸੀ ਜੀ ਨੇ ਮੇਰਾ ਸ਼ੋਰੂਮ ਬਣਾ ਤਾ, ਨਹੀਂ ਸਾਰੀ ਉਮਰ ਮੈਂ ਵੀ ਜਵਾਕ ਇੱਥੋਂ ਹੀ ਪਾਲਣੇ ਸੀ, ਅਤੇ ਇਸ ਕਰਕੇ ਇਸ ਅੱਡੇ ਨਾਲ ਮੈਨੂੰ ਬਹੁਤ ਜ਼ਿਆਦਾ ਮੋਹ ਆ ਅਤੇ ਮੈਂ ਇਹਨੂੰ ਕਦੇ ਛੱਡ ਨਹੀਂ ਸਕਦਾ, ਚਾਹੇ ਮੈਂ ਲੱਖਪਤੀ ਕਰੋੜਪਤੀ ਹੋ ਜਾਂ, ਇਹ ਮੇਰਾ ਇੱਕ ਅੱਡਾ ਹੈ। ਅਤੇ ਮੈਂ ਬੜਾ ਦੁਖੀ ਜੇ ਮਨ ਨਾਲ ਸੋਚ ਕੇ ਅਤੇ ਪਿੰਡ ਨੂੰ ਚੱਲ ਪਿਆ ਸਕੂਟਰ 'ਤੇ। ਜਦੋਂ ਸਕੂਟਰ ਲੈ ਕੇ ਮੈਂ ਘਰ ਵੜਿਆ ਅਤੇ ਮਾਂ ਵੇਖ ਕੇ ਹੈਰਾਨ ਹੋਈ, ਹੈਰਾਨ ਅਤੇ ਖੁਸ਼ੀ ਦੇ ਨਾਲ ਅੱਖਾਂ 'ਚੋਂ ਹੰਝੂ ਚੱਲ ਪਏ ਕਿ ਮੈਨੂੰ ਨਹੀਂ ਸੀ ਪਤਾ ਕਿ ਤੂੰ ਆਪਦੇ ਬਾਪੂ ਦੇ ਸੰਦਾਂ ਨਾਲ ਇੰਨਾ ਪਿਆਰ ਕਰਦਾ। ਮੈਂ ਤਾਂ ਅੰਦਰੋਂ ਅੰਦਰ ਹੀ ਰੋਂਦੀ ਹੁੰਦੀ ਸੀ ਕਿ ਚੰਦਰਾ ਸਾਰੇ ਸੰਦ ਖੜ੍ਹੇ ਛੱਡ ਕੇ ਦੁਨੀਆ ਤੋਂ ਚਲਾ ਗਿਆ, ਸਾਰੇ ਸੰਦ ਖੜ੍ਹੇ ਖਰਾਬ ਹੋਈ ਜਾਂਦੇ ਆ, ਨਾ ਵੇਚਣ ਨੂੰ ਜੀ ਕਰਦਾ। ਇਹ ਗੱਲ ਸੱਚੀ ਹੈ, ਕਈ ਵਾਰੀ ਘਰ ਦੇ ਸੰਦ ਆਪਾਂ ਨੂੰ ਮਜਬੂਰੀਆਂ ਕਰਕੇ ਵੇਚਣੇ ਤਾਂ ਪੈ ਜਾਂਦੇ ਆ, ਚਾਹੇ ਉਹਨਾਂ ਨੂੰ ਕੋਈ ਚਲਾਉਣ ਵਾਲਾ ਨਹੀਂ ਹੁੰਦਾ, ਚਾਹੇ ਕਈ ਵਾਰੀ ਸਰਕਰਜ਼ਾ ਹੀ ਇੰਨਾ ਹੋ ਜਾਂਦਾ ਕਿ ਆਪਾਂ ਨੂੰ ਘਰ ਦੇ ਬਹੁਤ ਕੀਮਤੀ ਚੀਜ਼ਾਂ ਵੀ ਘਰ ਦੇ ਮੈਂਬਰਾਂ ਦੇ ਜਾਣ ਤੋਂ ਬਾਅਦ ਵੇਚਣੀਆਂ ਪੈ ਜਾਂਦੀਆਂ, ਪਰ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਕਿ ਇਹਨਾਂ ਨੂੰ ਵੇਚਿਆ ਜਾਵੇ।
ਤੂੰ ਕਈ ਵਾਰੀ ਨਿਸ਼ਾਨੀਆਂ ਪੁਰਾਣੇ ਸਮੇਂ ਵਿੱਚ ਨਿਸ਼ਾਨੀਆਂ ਵੀ ਹੁੰਦੀ ਨਿਸ਼ਾਨੀਆਂ ਹੀ ਹੁੰਦੀਆਂ ਸੀ ਕਿਹੜਾ ਉਦੋਂ ਕੋਈ ਚਾਹੇ ਮੋਬਾਈਲ 'ਚ ਕੋਈ ਕੈਮਰੇਮੈਨ ਹੁੰਦੇ ਸੀ ਕਿ ਜਿਹੜੀਆਂ ਆਪਣੇ ਕੋਲ ਪੁਰਾਣੇ ਸਮੇਂ ਦੀਆਂ ਕੋਈ ਯਾਦ ਕਰਨ ਵਾਸਤੇ ਫੋਟੋ ਹੀ ਹੋਣਗੀਆਂ ਉਹਨਾਂ ਦੀਆਂ ਹੈ ਨਾ ਸੁਣਦੀ ਹੈ ਲੋਕਾਂ ਤੋਂ ਵੀ ਕਿਸ ਤਰ੍ਹਾਂ ਦੇ ਹੁੰਦੇ ਸੀ ਕਿਸ ਤਰ੍ਹਾਂ ਦੇ ਨਹੀਂ ਕਾਸ਼ ਉਹਨਾਂ ਸਮਿਆਂ ਦੇ ਵਿੱਚ ਵੀ ਕੋਈ ਕੈਮਰਾਮੈਨ ਹੁੰਦਾ ਜਿਹੜਾ ਕਿ ਐਸਾ ਸਮਾਂ ਹੁੰਦਾ ਕਿ ਜਿਵੇਂ ਹੁਣ ਸੈਲਫੀਆਂ 'ਤੇ ਸੈਲਫੀਆਂ ਕਰਕੇ ਰੱਖਦੇ ਹਾਂ ਜਿੰਨੀਆਂ ਹੋ ਸਕਦੀਆਂ ਤੁਸੀਂ ਆਪਦੇ ਟਾਈਮ ਵਿੱਚ ਆਪਣੀਆਂ ਸੈਲਫੀਆਂ ਫੋਟੋ ਕਰਕੇ ਰੱਖਿਆ ਕਰੋ ਕੀ ਪਤਾ ਕਦੋਂ ਇਹ ਸਮਾਂ ਕਿਹਦੇ 'ਤੇ ਆ ਜਾਣਾ ਤਾਂ ਪਰਿਵਾਰ ਕੋਲ ਕੁਛ ਨਾ ਕੁਛ ਯਾਦ ਜ਼ਰੂਰ ਹੋਣੀ ਚਾਹੀਦੀ ਆ ਅਤੇ ਮੈਂ ਮਾਂ ਨੂੰ ਕਿਹਾ ਮਾਂ ਮੇਰਾ ਵੀ ਮਨ ਕਰਦਾ ਹੁੰਦਾ ਸੀ ਕਿ ਮੈਂ ਬਾਪੂ ਦੀ ਹਰੇਕ ਚੀਜ਼ ਨੂੰ ਸਾਂਭ ਕੇ ਰੱਖਾਂ ਪਰ ਤੈਨੂੰ ਵੀ ਪਤਾ ਕਿ ਜਦੋਂ ਮੈਂ ਛੋਟਾ ਸੀਗਾ ਕਿ ਇੰਨਾ ਕੁ ਉਬੜਵਾਏ 'ਚ ਹੋ ਗਿਆ ਸੀਗਾ ਕਿ ਰਾਤ ਨੂੰ ਉੱਠ ਉੱਠ ਕੇ ਵੀ ਆਵਾਜ਼ਾਂ ਮਾਰਦਾ ਹੁੰਦਾ ਸੀ ਕਿ ਬਾਪੂ ਛੱਡ ਕੇ ਨਾ ਜਾਈ ਬਾਪੂ ਛੱਡ ਕੇ ਨਾ ਜਾਈ ਤਾਂ ਕਰਕੇ ਫਿਰ ਆਪਾਂ ਇੱਥੋਂ ਫੌਰਨ ਚਲੇ ਗਏ ਸੀ ਪਰ ਹੁਣ ਮੈਂ ਮਨ ਬਣਾ ਲਿਆ ਕਿ ਮੈਂ ਆਪਦੇ ਦੇਸ਼ ਦੀ ਮਿੱਟੀ ਨੂੰ ਮੈਂ ਕਦੇ ਛੱਡ ਕੇ ਨਹੀਂ ਜਾਊਂਗਾ ਖਾਸ ਕਰਕੇ ਜਿੱਥੇ ਮੇਰੇ ਬਾਪੂ ਦੀਆਂ ਯਾਦਾਂ ਜਿੱਥੇ ਮੇਰੇ ਬਾਪੂ ਦੀਆਂ ਪੈੜਾਂ ਉਹ ਮੈਂ ਜਗ੍ਹਾ ਨੂੰ ਛੱਡ ਕੇ ਕਦੇ ਵੀ ਇੱਥੋਂ ਨਹੀਂ ਜਾਊਂਗਾ ਇੰਨੇ ਨੂੰ ਮੇਰੇ ਘਰ ਵਾਲੀ ਪਾਣੀ ਦਾ ਗਲਾਸ ਲੈ ਕੇ ਮੇਰੇ ਕੋਲ ਪਹੁੰਚੀ ਮੈਂ ਪਾਣੀ ਪੀਤਾ ਅਤੇ ਉਹ ਫਰੇਮ ਦੇ ਵਿੱਚ ਜੜੀ ਹੋਈ ਜੁੱਤੀ ਬੇਬੇ ਦੇ ਹੱਥਾਂ 'ਤੇ ਰੱਖ ਦਿੱਤੀ ਮੈਂ ਕਿਹਾ ਦੇਖ ਬੇਬੇ ਇਹ ਕੌਣ ਕਿ ਪਤਾ ਕਿਹਦੀ ਜੁੱਤੀ ਆ ਅਤੇ ਬੇਬੇ ਦੀਆਂ ਅੱਖਾਂ ਭਰ ਆਈਆਂ ਦੇਖ ਕੇ ਜੁੱਤੀ ਕਿ ਹਾਂ ਪੁੱਤ ਤੇਰੇ ਬਾਪੂ ਦੀ ਜੁੱਤੀ ਆ ਇਹ ਤੂੰ ਕਿਵੇਂ ਲੈ ਕੇ ਆਇਆ ਅਤੇ ਤੈਨੂੰ ਕਿੱਥੋਂ ਮਿਲੀ ਜਦੋਂ ਮੈਂ ਸਾਰੀ ਕਹਾਣੀ ਬੇਬੇ ਨੂੰ ਦੱਸੀ ਕਿ ਇਸ ਤਰ੍ਹਾਂ ਕਰਕੇ ਮੋਚੀ ਨੂੰ ਅਸੀਂ ਦੇ ਕੇ ਆਏ ਸੀ ਫਿਰ ਬਾਅਦ 'ਚ ਲਿਆਉਣ ਦਾ ਟਾਈਮ ਨਹੀਂ ਲੱਗਾ ਪਰ ਮੋਚੀ ਇਸ ਜੁੱਤੀ ਦੇ ਰਾਹੀਂ ਬਹੁਤ ਜ਼ਿਆਦਾ ਕਾਮਯਾਬ ਹੋ ਗਿਆ ਅਤੇ ਜੁੱਤੀ ਉਹਨੇ ਇਸ ਤਰ੍ਹਾਂ ਸਾਂਭ ਕੇ ਰੱਖੀ ਤਾਂ ਕਰਕੇ ਉਹ ਇਹਦੀ ਪੂਜਾ ਕਰਦਾ ਸੀ ਉਹ ਦੇ ਨਹੀਂ ਰਿਹਾ ਸੀ ਅਤੇ ਨਾ ਹੀ ਮੈਥੋਂ ਇਹਦੀ ਕੋਈ ਕੀਮਤ ਲੈ ਰਿਹਾ ਸੀ ਵਾਕਈ ਮੈਂ ਕੀਮਤ ਵੀ ਇਹਦੀ ਕੋਈ ਨਹੀਂ ਦਿੱਤੀ ਅਤੇ ਜੁੱਤੀ ਮੈਂ ਘਰ ਲਿਆ ਹੈ ਅਤੇ ਆਪਾਂ ਵੀ ਇਸ ਜੁੱਤੀ ਦੀ ਪੂਜਾ ਹੀ ਕਰਨੀ ਹੈ ਉਹਨੂੰ ਸਾਂਭ ਕੇ ਰੱਖਣਾ ਹੈ ਅਤੇ ਮੈਂ ਆਪਦੇ ਬੇਟੇ ਨੂੰ ਦਿਖਾਈ ਬੇਟਾ ਨੇ ਬੇਟਾ ਵੀ ਖੁਸ਼ ਹੋਇਆ ਕਿ ਦਾਦਾ ਜੀ ਦੀ ਜੁੱਤੀ ਨੂੰ ਕਿੰਨੇ ਸੋਹਣੇ ਫਰੇਮ ਦੇ ਵਿੱਚ ਸਜਾਇਆ ਹੋਇਆ ਅਤੇ ਬੇਟਾ ਕਹਿ ਰਿਹਾ ਸੀਗਾ ਕਿ ਮੇਰੇ ਦਾਦਾ ਜੀ ਇੱਕ ਗ੍ਰੇਡਮੈਨ ਸੀ ਬਹੁਤ ਬਹਾਦਰ ਸੀਗੇ ਕਿ ਜਿਨ੍ਹਾਂ ਦੀ ਜੁੱਤੀ ਵੀ ਇੱਕ ਫਰੇਮ ਦੇ ਵਿੱਚ ਸਜਾਈ ਹੋਈ ਹੈ ਅਤੇ ਜਿਨ੍ਹਾਂ ਨੇ ਮੈਨੂੰ ਮੇਰੀ ਆਉਣ ਤੋਂ ਪਹਿਲਾਂ ਇੱਕ ਮੇਰੇ ਵਾਸਤੇ ਟਵਾਇਸ ਵੀ ਯਾਨੀ ਕਿ ਖਿਡੌਣਾ ਵੀ ਇੱਕ ਖਰੀਦ ਕੇ ਰੱਖਿਆ ਹੋਇਆ ਸੀ ਕਿ ਮੇਰਾ ਪੋਤਾ ਇਹਨਾਂ ਨੇ ਖੇਡੂਗਾ ਉਹ ਅਣਜਾਣ ਬੱਚਾ ਕੀ ਜਾਣੇ ਕਿ ਉਹ ਤਾਂ ਆਪਦੇ ਬੱਚੇ ਵਾਸਤੇ ਖੇਡਣ ਨੂੰ ਲਿਆਇਆ ਸੀ ਪਰ ਬੱਚੇ ਨੇ ਨਹੀਂ ਉਹਨੂੰ ਹੱਥ ਲਾਇਆ ਪੀੜ੍ਹੀ ਦਰ ਪੀੜ੍ਹੀ ਬਦਲ ਜਾਂਦੀ ਆ ਅਤੇ ਲੋਕ ਹਮੇਸ਼ਾ ਜਦੋਂ ਵੀ ਮੇਰਾ ਬੇਟਾ ਬਾਹਰ ਨਿਕਲਦਾ ਸੀ ਤਾਂ ਸਾਰੇ ਕਹਿ ਦਿੰਦੇ ਸੀਗੇ ਸ਼ਮਸ਼ੇਰ ਸਿੰਘ ਦਾ ਮਹਾਂਦਰਾ ਪੈਂਦਾ ਹੈ ਤਾਂ ਜਮ੍ਹਾਂ ਹੀ ਸ਼ਮਸ਼ੇਰ ਸਿੰਘ ਵਰਗਾ ਹੈ ਅਤੇ ਇਸੇ ਤਰ੍ਹਾਂ ਲੋਕ ਤਾਂ ਹੀ ਕਹਿੰਦੇ ਕਿ ਪੀੜ੍ਹੀਆਂ ਬਦਲ ਜਾਂਦੀਆਂ ਥੋੜ੍ਹੇ ਬਹੁਤੇ ਮੁਹਾਂਦਰੇ ਬਦਲ ਜਾਂਦੇ ਆ ਪਰ ਆਪਾਂ ਬੈਕ ਟੂ ਬੈਕ ਉਹੀ ਹੀ ਪਰਿਵਾਰ ਦੁਬਾਰਾ ਫਿਰ ਦੁਨੀਆਂ ਦੇ ਪਰਿਵਾਰਾਂ ਵਿੱਚ ਵਿਸਰ ਜਾਂਦਾ ਅਤੇ ਆਪਣਾ ਉਹੀ ਪਰਿਵਾਰ ਹੁੰਦਾ ਮੁੜ ਤੋਂ ਕਿਸੇ ਨਾ ਕਿਸੇ ਮੁਹਾਂਦਰੇ ਵਿੱਚ ਵਾਪਸ ਆ ਹੀ ਜਾਂਦਾ ਅਤੇ ਇਸੇ ਕਰਕੇ ਆਪਣਾ ਦਾ ਲੰਮੀਆਂ ਸਾਂਝਾਂ ਪੈ ਜਾਂਦੀਆਂ ਅਤੇ ਪਰ ਇਹ ਲੰਮੀਆਂ ਸਾਂਝਾਂ ਇਸੇ ਤਰ੍ਹਾਂ ਰਹਿਣ ਲਾਸਟ 'ਤੇ ਮੈਂ ਫਿਰ ਇਹੀ ਪਰਮਾਤਮਾ ਅੱਗੇ ਦੁਆ ਕਰਦੀ ਹਾਂ ਕਿ ਪਰਮਾਤਮਾ ਕਿਸੇ ਦੀ ਮਾਂ ਅਤੇ ਕਿਸੇ ਦਾ ਪਿਓ ਬਚਪਨ ਦੇ ਵਿੱਚ ਨਾ ਖੋਈ ਕਿਉਂਕਿ ਪਿਓ ਬਿਨਾਂ ਵੀ ਜ਼ਿੰਦਗੀ ਕੱਟਣੀ ਔਖੀ ਹੈ ਅਤੇ ਮਾਂ ਬਿਨਾਂ ਵੀ ਕੱਟਣੀ ਔਖੀ ਹੈ ਜਿਹਦਾ ਪਿਓ ਮਰ ਜਾਂਦਾ ਕਹਿੰਦੇ ਉਹਦਾ ਜਹਾਨ ਹੀ ਉੱਜੜ ਜਾਂਦਾ ਅਤੇ ਜਦੋਂ ਜਹਾਨ ਹੀ ਉੱਜੜ ਜਾਂਦਾ ਅਤੇ ਉਸ ਤੋਂ ਬਾਅਦ ਅਸੀਂ ਕਿਹੜੇ ਜਹਾਨ ਦੇ ਉੱਤੇ ਜਾਣਾ ਇਹ ਸਿਰਫ ਉਹ ਬੱਚੇ ਜਾਣ ਸਕਦੇ ਆ ਜਿਨ੍ਹਾਂ ਦੇ ਪਿਓ ਨੇ ਉਹਨਾਂ ਨੂੰ ਵਿਛੋੜਾ ਦਿੱਤਾ ਹੋਵੇ ਅਤੇ ਇਸ ਨਾਲ ਮੈਂ ਇਸ ਕਹਾਣੀ ਦਾ ਐਂਡ ਕਰਨ ਲੱਗੀ ਹਾਂ ਜੇ ਇਸ ਕਹਾਣੀ ਦੇ ਵਿੱਚ ਕੋਈ ਤੁਹਾਨੂੰ ਛੋਟੀ ਮੋਟੀ ਗਲਤੀ ਲੱਗੀ ਹੋਵੇ ਤਾਂ ਮਾਫ਼ੀ ਚਾਹੁੰਦੀ ਹਾਂ ਕਿਉਂਕਿ ਜਿਹਨੂੰ ਇਹ ਗੱਲ ਲੱਗੀ ਹੁੰਦੀ ਹੈ ਅਤੇ ਉਦੋਂ ਇਹ ਸੁਣਾਉਣੀ ਵੀ ਔਖੀ ਲੱਗਦੀ ਆ ਉਮੀਦ ਕਰਦੀ ਹਾਂ ਤੁਹਾਨੂੰ ਵੀ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਇਹਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਿਓ ਕਿ ਕਿਉਂਕਿ ਆਪਦੇ ਮਾਂ ਬਾਪ ਦੀਆਂ ਚੀਜ਼ਾਂ ਨੂੰ ਹਰੇਕ ਬੰਦਾ ਸੋਚੇ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਸਾਂਭ ਕੇ ਰੱਖਣਾ ਉਹਨਾਂ ਨੇ ਵੀ ਕੋਈ ਮਿਹਨਤ ਕਰਕੇ ਬਣਾਈਆਂ ਹੁੰਦੀਆਂ ਅਤੇ ਬੱਚਿਆਂ ਨਾਲ ਸ਼ੇਅਰ ਕਰਿਓ ਕਿ ਕਈ ਵਾਰੀ ਇਸ ਤਰ੍ਹਾਂ ਦੀ ਗਰੀਬੀ ਵੀ ਕੱਟਣੀ ਪੈਂਦੀ ਹੈ ਜਿਸ ਤਰ੍ਹਾਂ ਕਿ ਉਸ ਬੱਚੇ ਨੇ ਪਾਣੀ ਦੀ ਘੁੱਟ ਪੀ ਕੇ ਹੀ ਆਪਦਾ ਪੇਟ ਭਰ ਲਿਆ ਸੀਗਾ ਇਸ ਨਾਲ ਇਸ ਕਹਾਣੀ ਦਾ ਅੰਡਾ ਮਿਲਾਂਗੇ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਮੇਰੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ
रब रखा। लास्ट मैं थानू अज का जो हूँ इस वीडियो का टाइम दसन लगी हाँ, रात के पौने 10 हो चुके हैं। हुणे हुणे थोड़े टाइम पहला मैनू एक कहानी कितों मिली तो मैनू लगा कि मैं कहानी शेयर करा। इस कहानी के नाल कुछ शायद मेरा अंदरला दर्द भी बाहर निकल जूगा। तो कहते होंगे कि अंदरों दर्द निकले थोड़ा बहुत अंदरला जिहड़ा गामा निकले तो मन हौला हो जाता है। इस करके मैं फौरन ही ये जिहड़ी कहानी है तुहाडे नाल सांझी कर दित्ती। जे किसी नूं गलत लगे तो माफ़ी चाहुंदी हां। तद तक लई सत श्री अकाल, रब रखा।